194 ਕਿਲੋ ਹੈਰੋਇਨ ਦੇ ਮਾਮਲੇ ਨੂੰ ਲੈ ਕੇ SDF ਅਧਿਕਾਰੀ ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਕੋਲੋਂ ਜਾਣਨਾ ਚਾਹਿਆ ਕਿ ਇਹ ਸਾਰੀ ਖੇਪ ਕਿੱਥੋਂ ਆਈ ਹੈ। ਉਹਨਾਂ ਦੱਸਿਆ ਕਿ ਫਿਲਹਾਲ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਸਾਨੂੰ ਖੁਦ ਨੂੰ ਵੀ ਅਜੇ ਇਸ ਦੀ ਜਾਣਕਾਰੀ ਨਹੀਂ ਮਿਲੀ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਕੱਲ੍ਹ ਗੁਜਰਾਤ ਤੋਂ ATS ਦੀ ਟੀਮ ਵੀ ਇੱਥੇ ਜਾਂਚ ਕਰਨ ਲਈ ਪੁੱਜੀ। ਅਸੀਂ ਫਿਲਹਾਲ ਇਸ ਦੇ ਬਾਰੇ ਜਾਣਕਾਰੀ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਦੋ ਦੇਸ਼ ਹਨ ਜਿੱਥੇ ਇਹ ਤਿਆਰ ਹੁੰਦੀ ਹੈ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਰਸਤੇ ਰਾਹੀਂ ਆਈ ਹੈ ਅਤੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਬਾਰੇ ਜਾਣਕਾਰੀ ਹਾਸਲ ਕਰਵਾਈ ਜਾਵੇਗੀ। ਸਰ, ਇਤਨੀ ਬੜੀ ਸੰਖਿਆ ਮੇਂ ਜੋ ਹੈਰੋਇਨ ਆ ਰਹੀ ਹੈ, ਖਾਸ ਤੌਰ ਪਰ ਜੋ ਅੰਮ੍ਰਿਤਸਰ ਸੇ ਪਕੜੀ ਗਈ ਹੈ, ਕਿਆ ਸੋਰਸ ਹੈ ਇਸਕਾ, ਕਹਾਂ ਸੇ ਆ ਰਹੀ ਹੈ? ਦੇਖੋ ਸਰ, ਮੈਨੇ ਜਬ ਪਹਿਲੇ ਵੀ ਬੇਨਤੀ ਕੀ ਥੀ ਕਿ ਅਭੀ ਵੋ ਇਨੀਸ਼ੀਅਲ ਸਟੇਜ ਮੇਂ ਹਮਾਰੀ ਇਨਵੈਸਟੀਗੇਸ਼ਨ ਹੈ, ਤੋ ਸਾਰਾ ਕਾਮ ਚੱਲ ਰਿਹਾ ਹੈ, ATS ਕੀ ਟੀਮ ਵੀ ਆਈ ਹੈ, ਜੇ ਸਾਰੀ ਚੀਜ਼ੇ ਅਭੀ ਚੱਲ ਰਹੀ ਹੈ, ਅਭੀ ਹਮ ਜੇ ਨਹੀਂ ਬਤਾ ਸਕਦੇ ਕਹਾਂ ਸੇ ਆਈ, ਕੈਸੇ ਆਈ, ਜੇ ਚੀਜ਼ੇ ਅਭੀ ਹਮਾਰੇ ਪਾਸ ਨਹੀਂ ਤਾਂ ਹਮ ਕੈਸੇ ਬਤਾ ਦੇ, ਅਭੀ ਕੋਈ ਪਤਾ ਨਹੀਂ। ਅਬ ਤੱਕ ਜੋ ਜਿਤਨੀ ਵੀ ਖੇਪ ਮਿਲਤੀ ਰਹੀ ਹੈ ਵੋ ਸਾਰੀ ਪਾਕਿਸਤਾਨ ਸੇ ਆ ਰਹੀ ਥੀ, ਕਿਆ ਯੇ ਵੀ ਮਾਨ ਸਕਤੇ ਹੈ ਕਿ ਪਾਕਿਸਤਾਨ ਸੇ ਆਈ ਹੈ ਹੈਰੋਇਨ? ਦੇਖੋ, ਜੋ ਓਰਿਜਨਮ ਹੈ, ਜੇ ਤੋ ਦੋ ਹੀ ਕੰਟਰੀ ਹੈ, ਅਫਗਾਨਿਸਤਾਨ ਔਰ ਪਾਕਿਸਤਾਨ, ਜਹਾਂ ਮੰਨਦੇ ਹੈ। ਔਰ ਜੇ ਕਿਸ ਰੂਟ ਸੇ ਆਈ ਹੈ ਔਰ ਕੌਨ ਸੇ ਕੰਟਰੀ ਸੇ ਆਈ ਹੈ, ਜੇ ਅਭੀ ਮੈਟਰ ਆਫ ਇਨਵੈਸਟੀਗੇਸ਼ਨ ਹੈ, ਸੋ ਵੀ ਆਰ ਵਰਕਿੰਗ ਔਨ ਦੀਸ ਪੁਆਇੰਟਸ ਕਿ ਜੇ ਕੌਨ ਸਾ ਰੂਟ ਥਾ, ਕੌਨ ਸਾ ਏਰੀਆ ਥਾ, ਕਹਾਂ ਬਾਰਡਰ ਥਾ, ਕਿਸੇ ਕਹਾਂ ਸੇ ਕ੍ਰਾਸ ਹੋਈ ਹੈ, ਤੋ ਇਸ ਪੇ ਵਰਕ ਕਰ ਰਹੇ ਹੈ, ਔਰ ਜਬ ਪਤਾ ਚਲੇਗਾ ਔਰ ਆਪਕੋ ਜ਼ਰੂਰ ਪਤਾ। ਸਰ, ਜੈਸੇ ਪਹਿਲੇ ਜੰਮੂ ਕਸ਼ਮੀਰ ਮੇਂ ਕੰਸਨਟ੍ਰੇਸ਼ਨ ਥੀ ਵਹਾਂ ਪਰ, ਅਬ ਕਿਉਂਕਿ ਟੈਰਿਸ ਵੀ ਇਸ ਰਾਸਤੇ ਸੇ ਪਕੜੇ ਗਏ, ਪੰਜਾਬ ਕਾ ਰੂਟ ਉਹਨਾਂ ਨੇ ਪਕੜਾ, ਔਰ ਫਿਰ ਉਸਕੇ ਬਾਅਦ ਜੋ ਤਸਕਰੀ ਵੀ ਇਸ ਰੂਟ 'ਚ ਹੋਣੇ ਲੱਗੀ, ਕਿ ਆਪਕੋ ਲੱਗਤਾ ਨਹੀਂ ਕਿ ਉਸ ਕਾਰਨ ਯੇ ਚੀਜ਼ੇ ਇੱਧਰ ਸੇ ਪੰਜਾਬ ਸੇ ਰੂਟ ਹੋ ਰਹੀ? ਕੁਛ ਬੋਲ ਨਹੀਂ ਸਕਤੇ ਕਿਉਂਕਿ ਮੈਂ ਬਹੁਤ ਛੋਟਾ ਹਾਂ ਇਸਕੇ ਲੀਏ, ਕਿਉਂਕਿ ਜੇ ਤੋ ਹਮਾਰੇ ਸੀਨੀਅਰ ਆਫਿਸਰ ਹੀ ਬਤਾ ਸਕਤੇ ਹੈ, ਮੈਂ ਤੋ ਇੱਕ ਜਹਾਂ ਰੇਂਜ ਕਾ ਔਰ ਜੇ ਕੇਸ ਇਨਵੈਸਟੀਗੇਟ ਕਰ ਰਹਾ ਹਾਂ, ਤੋ ਜੇ ਬਾਤ ਆਊਟ ਆਫ ਸਟੇਟ ਕੀ ਜਾਂ ਕੋਈ ਵੋ ਹਮਾਰੇ ਸੀਨੀਅਰ ਆਫਿਸਰ ਹੀ ਬਤਾ ਸਕਤੇ। ਆਵਾਜ਼ੇ ਕਮ ਟੀ ਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।